अपने चैनल नो सब्सक्राइब करो अति हर नवी वीडियो देखने लिए यूट्यूब दी ऐप विच बेल आइकन ते क्लिक करो। तां स्वागत है तुहाडा साडे चैनल ते जिहदा नाम है पंजाबी रील। मैं हां सनमीत सिंह। अज आपां इक बड़ी वधिया ट्रेलर दा रिएक्शन तुहानू देण लगे हां जी। बट ट्रेलर शुरू करन तों पहलां तुसीं तीन काम करने आ। जिहड़ा पहला काम हैगा चैनल सबसक्राइब कर दो। दूजा काम हैगा कि प्रेस द बैल आइकन आलसो तां जो तुसीं मेरी कोई भी वीडियो मिस ना कर पाओ। ते तीजा काम यह है जी लाइक जरूर करो जे तुहानू वधिया लगे तां। सो विदाउट वेस्टिंग द टाइम लैट्स स्टार्ट दिस वीडियो। सो हियर वी गो। ਵਿਆਹ ਦੋ ਜਣਿਆਂ ਦਾ ਨਹੀਂ ਦੋ ਪਰਿਵਾਰਾਂ ਦਾ ਮੇਲ ਹੁੰਦਾ ਹੈ। ਯਾ ਰਾਈਟ ਯੋਗਰਾਜ ਸਿੰਘ ਮਾਈ ਫੇਵਰਿਟ ਐਵਰ। ਪਿਆਰ ਕਰਨ ਵਾਲਿਆਂ ਨੂੰ ਵੀ ਕੋਈ ਨਾ ਆਏ ਹੈ। ਕਾਪੀ ਸੀ ਨਾ ਐਕਸਰਸਾਈਜ਼ ਵਾਲਾ ਦੇਖਿਆ ਹੋਇਆ ਮੈਂ ਅੱਗੇ ਵੀ। ਯੋਗਰਾਜ ਸਿੰਘ ਮੇਰੇ ਖਿਆਲ ਇਹਦੇ ਵਿੱਚ ਐਕਸ ਆਰਮੀ ਮੈਨ ਹੋਣਾ। ਮੁੱਛਾਂ ਬੜੀਆਂ ਘੈਂਟ ਬਣਾਈਆਂ ਯੋਗਰਾਜ ਸਿੰਘ ਨੇ। ਕ੍ਰੇਜ਼ੀ ਟੱਬਰ ਕ੍ਰੇਜ਼ੀ ਟੱਬਰ। ਸੋ ਇਹ ਸੀਗਾ ਜੀ ਟ੍ਰੇਲਰ, ਆਪਾਂ ਮਿਲ ਕੇ ਦੇਖਿਆ ਸਾਰਿਆਂ ਨੇ। ਐਕਚੁਅਲੀ ਫਨੀ ਟ੍ਰੇਲਰ ਆ, ਫੁੱਲ ਔਨ ਡਰਾਮਾ ਬੇਸ ਹੈ ਜਿਹੜੀ ਇਹ ਮੂਵੀ ਆਉਣ ਵਾਲੀ ਹੈ। ਅਤੇ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਆਪਾਂ ਨੂੰ ਪੂਰਾ ਇੱਕ ਪੈਕੇਜ ਮਿਲ ਰਿਹਾ, ਕਹਿੰਦੇ ਨਾ ਕੌਂਬੋ ਪੈਕ ਮਿਲਿਆ, ਜਿਹਦੇ ਵਿੱਚ ਯੋਗਰਾਜ ਸਿੰਘ ਆਪਾਂ ਨੂੰ ਇੱਕ ਨਵੇਂ ਅਵਤਾਰ ਵਿੱਚ ਦੇਖਣ ਨੂੰ ਮਿਲ ਰਹੇ ਨੇ। ਨਹੀਂ ਤਾਂ ਬੇਸਿਕਲੀ ਉਹਨਾਂ ਦੀ ਇੱਕ ਜੱਟਾਂ ਵਾਲੀ ਪੂਰੀ ਠੋਕਾ ਵਾਲਾ ਰੋਲ ਹੁੰਦਾ, ਬਟ ਇਹਦੇ ਵਿੱਚ ਉਹ ਐਜ਼ ਏ ਫਨੀ ਕਰੈਕਟਰ ਜੋ ਆਪਣਾ ਰੋਲ ਨਿਭਾ ਰਹੇ ਨੇ। ਅਤੇ ਨਾਲ ਉਹਨਾਂ ਦੇ ਸ਼ਵਿੰਦਰ ਮਾਹਲ ਹੋ ਗਏ ਜਾਂ ਨਿਰਮਲ ਰਿਸ਼ੀ ਮੈਮ ਜੀ ਹੋ ਗਏ, ਹਰੀਸ਼ ਵਰਮਾ ਜੀ ਹੋ ਗਏ, ਅਤੇ ਜੋ ਫਿਲਮ ਦੀ ਹੀਰੋਇਨ ਹੈ ਆਈ ਥਿੰਕ ਹਾਂ ਪ੍ਰਿਯੰਕਾ ਮਹਿਤਾ। ਸੋ ਇਹਨਾਂ ਸਾਰਿਆਂ ਨੇ ਬਹੁਤ ਵਧੀਆ ਐਕਟਿੰਗ ਕਰ ਰਹੇ ਨੇ ਟ੍ਰੇਲਰ ਵਿੱਚ, ਤਾਂ ਬਾਕੀ ਫਿਲਮ ਵੀ ਮੈਨੂੰ ਲੱਗਦਾ ਕਾਫੀ ਹੱਦ ਤੱਕ ਵਧੀਆ ਹੋਣ ਵਾਲੀ ਹੈ ਇਹ। ਲਾਸਟ ਮੂਵੀ ਸੀ ਜੋ ਹਰੀਸ਼ ਵਰਮਾ ਜੀ ਦੀ, ਉਹ ਮੈਂ ਮੇਰੇ ਖਿਆਲ ਮੈਂ ਰਿਵਿਊ ਕੀਤਾ ਸੀ ਵਾਪਸੀ ਫਿਲਮ ਦਾ। ਸੋ ਫਿਲਮ ਉਹ ਇੱਕ ਚਲੋ ਵੱਖਰੇ ਜੋਨਰ ਦੀ ਫਿਲਮ ਸੀ, ਇਹ ਇੱਕ ਵੱਖਰੇ ਜੋਨਰ ਦੀ ਫਿਲਮ ਹੈ। ਸੋ 7 ਜੁਲਾਈ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ। ਗਾਣਾ ਵੀ ਇਹਦੇ ਵਿੱਚ ਇੱਕ ਹੀ ਸੀ ਟ੍ਰੇਲਰ ਵਿੱਚ, ਬਟ ਵਧੀਆ ਸੀ ਉਹ ਵੀ, ਆਈ ਥਿੰਕ ਨੂਰਾ ਸਿਸਟਰ ਨੇ ਉਹ ਗਾਇਆ।
ਸੋ ਜਸਵਿੰਦਰ ਭੱਲਾ ਜੀ ਕਾਫੀ ਟਾਈਮ ਬਾਅਦ ਪੰਜਾਬੀ ਇੰਡਸਟਰੀ ਵਿੱਚ ਫਿਰ ਆ ਗਏ, ਪੰਜਾਬੀ ਫਿਲਮਾਂ ਵਿੱਚ ਫਿਰ ਆ ਗਏ ਆ। ਸੋ ਉਹਨਾਂ ਦੇ ਜੋ ਡਾਇਲੋਗਸ ਆ ਮੈਨੂੰ ਲੱਗਦਾ ਇਹਦੇ ਵਿੱਚ ਵੀ ਫੇਮਸ ਹੋਣ ਵਾਲੇ ਆ, ਜਿੱਦਾਂ ਆਪਾਂ ਸਰਦਾਰ ਜੀ 2 ਜਾਂ ਜੱਟ ਐਂਡ ਜੂਲੀਅਟ ਦੀ ਸੀਰੀਜ਼ ਵਿੱਚ ਆਪਾਂ ਦੇਖੇ ਸੀ, ਉਹਨਾਂ ਦੇ ਡਾਇਲੋਗ ਕਾਫੀ ਫੇਮਸ ਹੋਏ ਸੀ, ਕੈਰੀ ਓਨ ਜੱਟਾਂ ਵਿੱਚ ਵੀ ਹੋਏ ਸੀ। ਸੋ ਇਸ ਫਿਲਮ ਵਿੱਚ ਵੀ ਮੈਨੂੰ ਲੱਗਦਾ ਜਿੱਦਾਂ ਚੱਕ ਭੂਆ, ਚੱਕ ਮਾਸੀ, ਚੱਕ ਤਾਈ, ਇਹ ਵੀ ਡਾਇਲੋਗ ਮੈਨੂੰ ਲੱਗਦਾ ਫੇਮਸ ਹੋ ਜਾਣਾ, ਅਤੇ ਫੇਸਬੁੱਕ ਦੇ ਆਲਰੇਡੀ ਇਹ ਧਮਾਲਾ ਪੈ ਚੁੱਕਿਆ ਜੀ। ਟ੍ਰੇਲਰ ਬਹੁਤ ਸ਼ੇਅਰ ਹੋ ਰਿਹਾ ਅਤੇ ਕਾਫੀ ਟਾਈਮ ਬਾਅਦ ਇੱਕ ਆਪਾਂ ਨੂੰ ਕੋਮੇਡੀ ਫਿਲਮ ਫਿਰ ਆਪਣੇ ਹੱਥ ਵਿੱਚ ਆਈ ਹੈ ਦੇਖਣ ਨੂੰ ਮਿਲ ਰਹੀ ਹੈ ਆਪਾਂ ਨੂੰ। ਸੋ ਇਹਦਾ ਤੁਸੀਂ ਪੂਰਾ ਆਨੰਦ ਉਠਾਇਓ ਜੀ ਸਾਰੇ ਜਣੇ। ਅਤੇ ਆਈ ਥਿੰਕ ਇਹ 7 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ, ਅਤੇ 7 ਜੁਲਾਈ ਨੂੰ ਹਰੀਸ਼ ਵਰਮਾ ਦੀ ਇੱਕ ਹੋਰ ਫਿਲਮ ਆ ਰਹੀ ਹੈ ਥਗ ਲਾਈਫ। ਐਕਚੁਅਲੀ ਇਹ ਉੱਡਦੀ ਖਬਰ ਮੈਨੂੰ ਸੁਣੀ ਹੈ, ਸੁਣੀ ਨਹੀਂ ਮੈਂ ਦੇਖੀ ਆ, ਸੁਣੀ ਵੀ ਹੈ, ਦੋਨੇ ਚੀਜ਼ਾਂ ਕੀਤੀਆਂ। ਅਤੇ ਮੈਨੂੰ ਲੱਗਦਾ ਜੇਕਰ ਤਾਂ ਦੋਨੇ ਫਿਲਮਾਂ ਇੱਕੋ ਦਿਨ ਰਿਲੀਜ਼ ਹੋ ਰਹੀਆਂ ਐਕਚੁਅਲ ਵਿੱਚ, ਤਾਂ ਇਹ ਪੰਜਾਬੀ ਇੰਡਸਟਰੀ ਵਿੱਚ ਪਹਿਲੀ ਵਾਰ ਹੋਵੇਗਾ ਕਿ ਇੱਕੋ ਹੀਰੋ ਦੀਆਂ ਫਿਲਮਾਂ ਜੋ ਇੱਕੋ ਦਿਨ ਰਿਲੀਜ਼ ਹੋ ਰਹੀਆਂ। ਬਟ ਜੇਕਰ ਹੋ ਵੀ ਗਿਆ ਦੇਖੋ ਫਿਲਮ 'ਤੇ ਉਹਦਾ ਕੀ ਇੰਪੈਕਟ ਪੈਂਦਾ, ਮੇਰੇ ਖਿਆਲ ਇਹਦਾ ਪੋਜ਼ਿਟਿਵ ਵੀ ਹੋ ਸਕਦਾ, ਨੈਗੇਟਿਵ ਵੀ ਹੋ ਸਕਦਾ। ਸੋ ਇਹ ਸ਼ੋਰ ਨਹੀਂ ਹੈ, ਕਨਫਰਮਡ ਨਹੀਂ ਹੈ ਕਿ 7 ਜੁਲਾਈ ਨੂੰ ਹੀ ਥਗ ਲਾਈਫ ਹੋਏਗੀ ਰਿਲੀਜ਼ ਜਾਂ ਨਹੀਂ, ਮੇ ਬੀ ਉਹਦੀ ਡੇਟ ਜੋ ਪੋਸਟਪੋਨ ਕਰ ਦਿੱਤੀ ਜਾਵੇ। ਸੋ ਗਾਈਜ਼ ਇਹ ਤਾਂ ਆਪਾਂ ਨੂੰ ਥੋੜ੍ਹੇ ਟਾਈਮ ਪੈਂਦੇ ਪਤਾ ਲੱਗੇਗਾ, ਬਾਕੀ ਤੁਸੀਂ ਆਪਣੀ ਵੈਬਸਾਈਟ 'ਤੇ ਜ਼ਰੂਰ ਜਾ ਕੇ ਦੇਖਿਓ, ਉੱਥੇ ਤੁਹਾਨੂੰ ਨਾਲ ਦੀ ਨਾਲ ਸਾਰੀਆਂ ਅਪਡੇਟਸ ਮਿਲਦੀਆਂ ਰਹਿਣਗੀਆਂ। ਆਪਣੀ ਵੈਬਸਾਈਟ ਦਾ ਨਾਮ ਹੈ ਜੀ www.punjabireel.in। ਫਿਲਮ ਇਹ ਡਾਇਰੈਕਟ ਕੀਤੀ ਜਾ ਰਹੀ ਹੈ ਜੀ ਅਜੇ ਚੰਡੋਕ ਵੱਲੋਂ, ਅਤੇ ਹਰੀਸ਼ ਵਰਮਾ ਜੀ ਇਹਦੇ ਵਿੱਚ ਮੇਨ ਲੀਡ ਰੋਲ ਵਿੱਚ ਹੈ, ਤੁਸੀਂ ਸਾਰਿਆਂ ਨੇ ਦੇਖ ਹੀ ਲਿਆ। ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਟ੍ਰੇਲਰ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ, ਫੁੱਲ ਔਨ ਕੋਮੇਡੀ ਸੀ ਇਹਦੇ ਵਿੱਚ। ਬਾਕੀ ਹੁਣ ਇਹ ਤਾਂ ਫਿਲਮ ਆਉਣ ਤੋਂ ਬਾਅਦ ਹੀ ਪਤਾ ਲੱਗਣਾ ਕਿ ਜੋ ਆਪਣੇ ਦਰਸ਼ਕਾਂ ਦੀ ਕਚਹਿਰੀ ਵਿੱਚ ਖਰੀ ਉਤਰਦੀ ਹੈ ਕਿ ਨਹੀਂ ਉਤਰਦੀ, ਅਤੇ ਬਾਕੀ ਬਾਕਸ ਆਫਿਸ 'ਤੇ ਕਿੰਨਾ ਕੁ ਧਮਾਲ ਮਚਾਉਂਦੀ ਹੈ, ਅਤੇ ਪੰਜਾਬੀ ਸਿਨੇਮੇ ਲਈ ਵਿੱਚ ਵੈਸੇ ਇਹ ਇੱਕ ਵੱਖਰਾ ਤਾਂ ਚਲੋ ਆਪਾਂ ਨਹੀਂ ਕਹਾਂਗੇ, ਬਟ ਫਿਰ ਵੀ ਇੱਕ ਹਿਊਮਰ ਨਾਲ ਭਰਪੂਰ ਆਪਾਂ ਨੂੰ ਇੱਕ ਫਿਲਮ ਮਿਲ ਰਹੀ ਹੈ, ਕੋਮੇਡੀ ਫਿਲਮ ਮਿਲ ਰਹੀ ਹੈ। ਮੇਰੇ ਖਿਆਲ ਥੋੜ੍ਹੇ ਕਾਫੀ ਟਾਈਮ ਬਾਅਦ ਇੱਕ ਕੋਮੇਡੀ ਫਿਲਮ ਆ ਰਹੀ ਹੈ ਹੁਣ, ਕਿਉਂਕਿ ਪਿੱਛੇ ਜੇ ਦੌਰ ਚੱਲਿਆ ਸੀ ਨਾ ਜਿੱਦਾਂ 90s ਦੀਆਂ ਫਿਲਮਾਂ ਦਾ, ਰੱਬ ਦਾ ਰੇਡੀਓ, ਮੰਜੇ ਬਿਸਤਰੇ, ਜਾਂ ਕੁਝ ਹੋਰ ਫਿਲਮਾਂ ਆਈਆਂ ਸੀ, ਹੁਣ ਅਰਦਾਸ ਆਈ ਸੀ, ਜਾਂ ਹੁਣ ਵੀ ਜੋ ਇਸ ਸਾਲ ਵਿੱਚ ਫਿਲਮਾਂ ਆਈਆਂ ਉਹ ਸਾਰੀਆਂ ਇੱਕ ਕੋਮੇਡੀ ਨਹੀਂ ਸੀ, ਹਜੇ ਤਾਂ ਕੋਈ ਫਿਲਮ ਨਹੀਂ ਆਈ ਕੋਮੇਡੀ। ਸੋ ਇਹ ਫਿਲਮ ਕੋਮੇਡੀ ਆਈ ਹੈ ਇਸ ਸਾਲ ਦੀ, ਦੇਖਦੇ ਹਾਂ ਕਿ ਇਹ ਫਿਲਮ ਕਿੰਨੀ ਕੁ ਖਰੀ ਉਤਰਦੀ ਹੈ ਦਰਸ਼ਕਾਂ ਦੀ ਕਚਹਿਰੀ ਵਿੱਚ। ਸੋ ਗਾਈਜ਼ ਪਲੀਜ਼ ਵਾਚ ਦਿਸ ਫਿਲਮ ਇਨ ਥੀਏਟਰਸ, ਸਟੋਪ ਪਾਇਰੇਸੀ, ਅਤੇ ਬਾਕੀ ਸਪੋਰਟ ਕਰੋ ਪੂਰਾ ਜੀ। ਜੇ ਤੁਸੀਂ ਫੁੱਲ ਸਕਰੀਨ ਵਿੱਚ ਜੋ ਟ੍ਰੇਲਰ ਦੇਖਣਾ ਹੈ ਤਾਂ ਮੈਂ ਉਹਦਾ ਨੀਚੇ ਡਿਸਕ੍ਰਿਪਸ਼ਨ ਵਿੱਚ ਲਿੰਕ ਜ਼ਰੂਰ ਦੇਵਾਂਗਾ, ਤੁਸੀਂ ਉੱਥੋਂ ਵਾਚ ਕਰ ਸਕਦੇ ਹੋ। ਕਿੱਦਾਂ ਦੀ ਲੱਗੀ ਤੁਹਾਨੂੰ ਅੱਜ ਆਪਣੀ ਵੀਡੀਓ, ਮੈਨੂੰ ਜ਼ਰੂਰ ਨੀਚੇ ਆਪਣੇ ਕਮੈਂਟ ਅਤੇ ਸੁਝਾਅ ਦਿੰਦੇ ਰਿਹਾ ਕਰੋ ਗਾਈਜ਼। ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਕਿਸੇ ਹੋਰ ਵੀਡੀਓ ਦਾ ਰਿਵਿਊ ਕਰਾਂ, ਮੈਨੂੰ ਉਹ ਵੀ ਕਮੈਂਟ ਕਰਕੇ ਦੱਸ ਸਕਦੇ ਹੋ, ਅਤੇ ਵੀਡੀਓ ਨੂੰ ਥੰਬਸ ਅਪ ਦੇਣਾ ਨਾ ਭੁੱਲਿਓ। ਫਿਰ ਮਿਲਾਂਗੇ ਤੁਹਾਨੂੰ ਕਿਸੇ ਹੋਰ ਵੀਡੀਓ 'ਤੇ, ਤਦ ਤੱਕ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ, ਅਤੇ ਚੱਕੀ ਰੱਖੋ ਇੱਦਾਂ ਹੀ ਕੰਮ। No, no, no.